ਭੈਣ ਭਾਈਆਂ ਨੂੰ ਸਲਾਮ ਹੋਵੇ ਜਾਤ ਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ ਅੱਜ ਦੀ ਗੱਲ ਦੇ ਨਾਲ ਨਾਸਰ ਜਮਿਲ ਹਾਜ਼ਰੇ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਯਮੇਕਲੀਅਤ ਅਕਲੀਅਤਾਂ ਦੇ ਕਰਦਾਰ ਔਰ ਉਹਨਾਂ ਦੀ ਜਿਹੜਾ ਮੌਜੂਦਾ ਮੁਸ਼ਕਿਲਾਂ ਜਾਂ ਜਿਹੜੇ ਉਹਨਾਂ ਦੇ ਮੌਜੂਦਾ ਮਾਮਲੇ ਨੇ ਉਹਨਾਂ ਦੀ ਜਿਹੜੀ ਮੌਜੂਦਾ ਸੀ ਅੱਜ ਕੱਲ੍ਹ ਦੇਖ ਰਹੇ ਆ ਕਾਨੂੰਨੀ ਔਰ ਸਿਆਸੀ ਹਸਿਆਤ ਕੀ ਹੈ ਔਰ ਉਹ ਕਿਸ ਤਰ੍ਹਾਂ ਦੇ ਮਾਮਲਿਆਂ ਨੂੰ ਕਿਸ ਤਰ੍ਹਾਂ ਡੀਲ ਕਰ ਰਹੇ ਨੇ ਔਰ ਜਿਹੜੇ ਉਹਨਾਂ ਦੇ ਆਗੂ ਨਹੀਂ ਮਤਲਬ ਜਿਹੜੇ ਲੀਡਰਸ ਨੇ ਉਹਨਾਂ ਦੇ ਉਹ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਪਏ ਨੇ ਔਰ ਇਹ ਮੌਜੂਦਾ ਹਕੂਮਤ ਜਾਂ ਜਿੰਗੀਆਂ ਪਿਛਲੀਆਂ ਹਕੂਮਤਾਂ ਨੇ 1947 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਇਹਨਾਂ ਦੇ ਨਾਲ ਕੀ ਕੀਤਾ ਹੈ ਅੱਜ ਅਸੀਂ ਇਹ ਗੱਲਬਾਤ ਕਰਾਂਗੇ ਅਸੀਂ ਅੱਜ ਇਹ ਸਾਰੀ ਗੱਲਬਾਤ ਉੱਤੇ ਗੱਲਬਾਤ ਕਰਨ ਲਈ ਆਪਣੇ ਨਾਲ ਜਿਹੜਾ ਹੈ ਦਾਵਤ ਦਿੱਤੀ ਹੈ ਮੁਲਕ ਦੇ ਮਸ਼ਹੂਰ ਔਰ ਮਰੂਫ ਇੱਕ ਮਸੀਹੀ ਐਡਵੋਕੇਟ ਜਨਾਬ ਰਿਆਜ਼ ਅੰਜੂਮ ਸਾਹਿਬ ਨੂੰ ਤੁਸੀਂ ਚੇਅਰਮੈਨ ਹੋ ਹਿਊਮਨ ਰਾਈਟਸ ਕਮੇਟੀ ਲਾਹੌਰ ਬਾਰ ਐਸੋਸੀਏਸ਼ਨ ਦੇ ਔਰ ਤੁਸੀਂ ਹਿਊਮਨ ਜਿਹੜੇ ਬਹੁਤ ਸਾਰੇ ਹੋਰ ਹਿਊਮਨ ਰਾਈਟਸ ਦੇ ਉਤੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਤੁਸੀਂ ਕੰਮ ਕਰਦੇ ਹੋ ਔਰ ਤੁਹਾਡੀ ਬੜੀ ਗਹਿਰੀ ਨਜ਼ਰ ਹੈ ਖਾਸ ਤੌਰ ਤੇ ਮਸੀਹਾਂ ਦੇ ਔਰ ਖਾਸ ਤੌਰ ਤੇ ਕਲੀਅਤਾਂ ਦੇ ਲੇਕਿਨ ਬਿਲ ਖਸੂਸ ਜਿਹੜਾ ਹੈ ਉਹ ਮਸੀਹਾਂ ਦੇ ਸਿਆਸੀ ਮਸਾਇਲ ਦਿੱਤੇ ਕਿ ਉਹਨਾਂ ਦੀ ਜਿਹੜੀ ਮੌਜੂਦਾ ਸਿਆਸੀ ਸੁਰਤਿ ਹਾਲ ਹੈ ਉਹ ਕੀ ਹੈ ਕਿਉਂਕਿ ਜੋ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਮੁਲਕ ਦੀ ਜਦੋਂ ਜਿਹੜੀ ਕੋਈ ਖਾਸ ਤੌਰ ਤੇ ਜਿਹੜੀ ਨੰਬਰ ਚ ਘੱਟ ਲੋਕ ਹੁੰਦੇ ਨੇ ਅਕਲੀਅਤ ਹੁੰਦੀ ਹੈ ਉੱਥੇ ਜਿਹੜੇ ਰਾਈਟਸ ਜਿਹੜਾ ਨੂੰ ਮਿਲ ਰਹੇ ਹੁੰਦੇ ਨੇ ਜਾਂ ਜਿਹੜੇ ਮਿਲਣੇ ਚਾਹੀਦੇ ਨੇ ਉਹਨਾਂ ਦੋਵਾਂ ਨੂੰ ਆਪਸ ਦੇ ਵਿੱਚ ਜਿਹੜਾ ਹੈ ਉਹ ਮੁਕਾਬਲਾ ਕਰਕੇ ਤੇ ਉਸ ਆંકੜੇ ਨੂੰ ਕੱਢਿਆ ਜਾਂਦਾ ਹੈ ਕਿ ਬਈ ਇਹ ਆਇਆ ਇਹ ਅਬਲਾਈਜ਼ਡ ਨੇ ਜਾਂ ਇਹ ਡਿਪਰਾਈਵਡ ਨੇ ਜਿਨੀ ਇਹਨਾਂ ਨੂੰ ਜਿਹੜੀ ਸ਼ੈ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਨੂੰ ਮਿਲਦੀ ਪਈ ਹੈ ਜਾਂ ਇਹ ਉਹਦੇ ਲਈ ਤਰਲੇ ਲੈਣਦੇ ਨੇ ਸੋ ਅੱਜ ਸਾਰੀ ਗੱਲਬਾਤ ਨੂੰ ਕਰਨ ਵਾਸਤੇ ਔਰ ਜਾਣਨ ਬੁੱਝਣ ਵਾਸਤੇ ਅਸੀਂ ਰਿਆਜ਼ ਅੰਜਮ ਐਡਵੋਕੇਟ ਸਾਹਿਬ ਨਾਲ ਗੱਲ ਕਰਾਂਗੇ ਤੇ ਆਓ ਉਹਨਾਂ ਨਾਲ ਗੱਲ ਕਰਨੇ ਆ ਰਿਆਜ਼ ਅੰਜਮ ਸਾਹਿਬ ਜੀ ਆਇਆਂ ਨੂੰ ਮੇਰੇ ਪ੍ਰੋਗਰਾਮ ਵਿੱਚ ਅੱਜ ਦੀ ਗੱਲ ਜਿਹੜੀ ਹੈ ਉਹ ਅਸੀਂ ਤੁਹਾਡੇ ਨਾਲ ਕਰਨ ਵਾਸਤੇ ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਕਿਉਂਕਿ ਜੋ ਤੁਸੀਂ ਇੱਕ ਕਿਤਾਬ ਜਿਹੜੀ ਹੈ ਪਾਕਿਸਤਾਨ ਵਿੱਚ ਮਸੀਹੀ ਕਾਇਦਤ ਦਾ ਬਹਾਨਾ ਜੜਾ ਹੈ ਤੁਸੀਂ ਉਹਦੇ ਮੁਸੰਨਫ ਵੀ ਹੋ ਔਰ ਤੁਸੀਂ ਉਸ ਕਿਤਾਬ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਜਿਹੜੀ ਹੈ ਮਸੀਹੀ ਕਾਇਦਤ ਦੀ ਤਾਰੀਖ ਖਾਸ ਤੌਰ ਤੇ ਜਿਹੜੀ ਹੈ ਉਹਨੂੰ ਵੀ ਡਿਸਕਸ ਕੀਤਾ ਹੈ ਔਰ ਜਿਹੜੀ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਵੀ ਡਿਸਕਸ ਕੀਤਾ ਔਰ ਉਹਦੇ ਮਸਤਕਬਲ ਤੇ ਵੀ ਗੱਲਬਾਤ ਕੀਤੀ ਹੈ ਅਸੀਂ ਉਹ ਉਸ ਕਿਤਾਬ ਦਾ ਵੀ ਥੋੜਾ ਜਿਹਾ ਨਾਲ ਹਵਾਲਾ ਲਵਾਂਗੇ ਪਰ ਤੁਸੀਂ ਕੀ ਸਮਝਦੇ ਹੋ ਕਿ 1947 ਦੇ ਵਿੱਚ ਜਿਹੜੇ ਅਕਲੀਤਾ ਦੇ ਮਸਾਇਲ ਸਨ ਔਰ ਅਕਲੀਤਾ ਦੇ ਲੀਡਰਸ਼ਿਪ ਸੀ ਉਹਦੇ ਚ ਤੇ ਜਿਹੜੀ ਅੱਜ ਦੀ ਮੌਜੂਦਾ ਸਾਡੇ ਮਸਾਇਲ ਔਰ ਲੀਡਰਸ਼ਿਪ ਹੈ ਇਹਦੇ ਚ ਕੀ ਫਰਕ ਹੈ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਵੈਰੀ ਮਚ ਨਾਸਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਅਗੇਨ ਮੌਕਾ ਦਿੱਤਾ ਔਰ ਮੈਂ नेशनल टीवी ते दोबारा अपने व्यूअर्स ਨਾਲ مخاطਬ ਆ اور ਮੈਂ نیشنل ਟੀਮ ਦਾ اور ਪੂਰੀ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਆ ਇਸ ਵਾਸਤੇ اور ਜਿਹੜਾ ਤੁਹਾਡਾ ਸਵਾਲ ਏ ਲੀਡਰਸ਼ਿਪ ਦੇ حوالے ਨਾਲ ਮੈਂ ਸਮਝਦਾ ਕੋਈ ਖਾਸ ਫਰਕ ਨਹੀਂ ਖਾਸ ਫਰਕ ਇਸ ਵਾਸਤੇ ਨਹੀਂ ਕਿ ਕਿਉਂਕਿ ਜਿਹੜੇ ਮੌਜੂਦਾ ਮਸਾਇਲ ਨੇ ਉਹ ਵੀ ਮਸਾਇਲ ਅਸੈਂਬਲੀਜ਼ ਦੇ ਅੰਦਰ ਉਸ ਤਰ੍ਹਾਂ ਡਿਸਕਸ ਨਹੀਂ ਹੋ ਰਿਹਾ ਜਿਸ ਤਰ੍ਹਾਂ ਹੋਣੇ ਚਾਹੀਦੇ ਨੇ ਔਰ ਉਹਨਾਂ ਦਾ ਸੋਲੂਸ਼ਨ ਜਿਹੜਾ ਉਹ ਨਹੀਂ ਨਿਕਲ ਰਿਹਾ ਮਸਲਨ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ ਇੱਕ ਸਾਡਾ ਇਸ ਵਕਤ ਸਭ ਤੋਂ ਵੱਡਾ ਮਸਲਾ ਚੱਲ ਰਿਹਾ ਫੋਸਟ ਕਨਵਰਸ਼ਨ ਦਾ ਔਰ ਜਿਹੜਾ ਫੋਸਟ ਕਨਵਰਸ਼ਨ ਦਾ ਮਸਲਾ ਹੈ ਉਹ ਉਹਦੇ ਉੱਤੇ ਲੈਜਿਸਲੇਸ਼ਨ ਨਹੀਂ ਹੋ ਰਹੀ ਮਤਲਬ ਇੱਕ ਲੜਕੀ ਹੈ ਉਹ ਆਪਣਾ ਵੋਟ ਨਹੀਂ ਕਾਸਟ ਕਰ ਸਕਦੀ ਉਹ ਆਪਣਾ ਆਈ ਆਈ ਡੀ ਕਾਰਡ ਨਹੀਂ ਬਣਵਾ ਸਕਦੀ ਉਹ ਇੱਕ ਐਗਰੀਮੈਂਟ ਨਹੀਂ ਕਰ ਸਕਦੀ ਲੇਕਿਨ ਉਹ ਇਸਲਾਮ ਕਬੂਲ ਕਰ ਸਕਦੀ ਹੈ ਇੱਕ ਮਾਈਨਰ ਲੜਕੀ ਜਦੀ ਉਮਰ 12 13 ਸਾਲ ਹੈ ਉਹ ਉਹਨੂੰ ਕਨਵਰਟ ਕਰ ਲਿਆ ਜਾਂਦਾ ਔਰ ਫਿਰ ਉਸ ਤੋਂ ਬਾਅਦ ਉਹਦੇ ਨਾਲ ਸ਼ਾਦੀ ਕਰ ਲਈ ਜਾਂਦੀ ਹੈ ਇਹਦੇ ਉੱਤੇ ਪ੍ਰੋਪਰ ਲੈਜਿਸਲੇਸ਼ਨ ਹੋਣੀ ਚਾਹੀਦੀ ਹੈ ਲੇਕਿਨ ਨਹੀਂ ਹੋ ਰਹੀ ਇਸ ਤੋਂ ਇਲਾਵਾ ਬਲੇਸਫੇਮੀਜ਼ ਲਾਜ਼ ਨੇ ਉਹਨਾਂ ਨੂੰ ਡਿਸਕਸ ਹੀ ਨਹੀਂ ਕੀਤਾ ਜਾ ਰਿਹਾ ਜਿਹਦੇ ਉੱਤੇ ਬڑے ਖਾਨਦਾਨ ਜਿਹੜੇ ਨੇ ਉਹ ਇੱਕ ਤਰ੍ਹਾਂ ਦੇ ਐਕਸਪਲੋਇਟ ਹੋ ਰਹੇ ਨੇ ਜਿਹਦੇ ਉੱਤੇ ਇੱਕ ਵਾਰੀ ਬਲੈਸਮੀ ਲੱਗ ਜਾਂਦੀ ਏ ਉਹਦੀ ਸਿਰਫ ਜ਼ਿੰਦਗੀ ਤਬਾਹ ਨਹੀਂ ਹੁੰਦੀ ਬਲਕਿ ਉਹਦੇ ਨਾਲ ਜਿਹੜੇ ਉਹਦਾ ਪੂਰਾ ਖਾਨਦਾਨ ਹੈ ਉਹਦੀ ਜ਼ਿੰਦਗੀ ਤਬਾਹ ਹੋ ਜਾਂਦੀ ਏ ਡਿਸਕਸ ਨਹੀਂ ਹੋ ਰਹਾ ਇਸ ਤੋਂ ਇਲਾਵਾ ਹੁਣ ਦੇਖੋ ਇਹ ਕੋਈ ਪਾਰਟੀ ਪਾਲਿਸੀ ਏ ਜਾਂ ਅੰਦਰ ਦਾ ਡਰ ਏ ਜਾਂ ਖੌਫ ਏ ਲੇਕਿਨ ਇਹ ਲੀਡਰਸ਼ਿਪ ਨੂੰ ਜਵਾਬ ਦੇਣਾ ਚਾਹੀਦਾ ਆਪਣੀ ਕੌਮ ਨੂੰ ਕਿ ਕਿਉਂ ਇਹ ਚੀਜ਼ਾਂ ਡਿਸਕਸ ਨਹੀਂ ਹੋ ਰਹੀਆਂ 5% ਕੋਟਾ ਉਹ ਸ਼ਬਾਜ਼ ਪੱਟੀ ਸਾਬ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ 5% ਕਰੋਟਾ ਮਨਜ਼ੂਰ ਕਰਵਾਇਆ ਲੇਕਿਨ ਉਹਦੇ ਉੱਤੇ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਜਿਹੜੀ ਜਿਹੜੀ ਕਿ ਇਹਦੇ ਉੱਤੇ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਸਾਡੇ ਜਿਹੜੇ ਲੈਜਿਸਲੇਸ਼ਨ ਦੇ ਇਸ਼ੂਸ ਨੇ ਉਹਨਾਂ ਨੂੰ ਟੈਕਲ ਕੀਤਾ ਜਾਣਾ ਚਾਹੀਦਾ ਦੇਖੋ ਇੱਕ ਜਿਹੜਾ ਸਾਡਾ ਬਹੁਤ ਹੀ ਜਿਹੜਾ ਆਹਮ ਮਸਲਾ ਹੈ ਉਹ ਇਲੈਕਟੋਰਲ ਹੈ ਇੰਤਖਾਬੀ ਹੈ مسیਹੀ ਜਿਹੜੇ ਲੋਕ ਨੇ ਔਰ ਜਿਹੜੀਆਂ ਦੂਸਰੀਆਂ ਮਿਨੋਰਟੀਜ਼ ਨੇ ਉਹ ਆਪਣਾ ਨੁਮਾਇੰਦਾ ਚੁਣਨ ਦੀ ਕਪੈਸਿਟੀ ਨਹੀਂ ਰੱਖਦੀਆਂ ਕਿਉਂਕਿ ਕਾਨੂੰਨ ਮੌਜੂਦ ਨਹੀਂ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਏ ਉਹ ਇੱਕ ਪਾਰਟੀਆਂ ਦੇ ਜ਼ਰੀਏ ਆ ਰਹੀ ਏ ਸਿਲੈਕਟਡ ਏ ਇਲੈਕਟਡ ਨਹੀਂ ਔਰ ਮੈਂ ਸਮਝਣਾ ਕਿ ਜਦੋਂ ਇੱਕ ਰਿਫਾਈਨਡ ਕਿਆਦਤ ਸਾਹਮਣੇ ਨਹੀਂ ਆਏਗੀ ਤਾਂ ਕੌਮ ਦੇ ਮਸਾਇਲ ਕਿਸ ਤਰ੍ਹਾਂ ਹੱਲ ਹੋਣਗੇ ਉਹਦੇ ਉੱਤੇ ਅਮੈਂਡਮੈਂਟ ਦੀ ਜ਼ਰੂਰਤ ਏ ਲੇਕਿਨ ਅਮੈਂਡਮੈਂਟ ਵਾਸਤੇ ਬਿੱਲ ਅਸੈਂਬਲੀ ਦੇ ਅੰਦਰ ਟੇਬਲ ਨਹੀਂ ਹੋ ਰਿਹਾ ਅਗਰ ਚਿਆਸੀਆ ਨਸਰ ਕਹਿੰਦੀ ਹੈ ਕਿ ਮੈਨੇ ਮੈਂ ਇੱਕ ਬਿਲ ਟੇਬਲ ਕੀਤੇ ਨੇ ਲੇਕਿਨ ਉਹ ਪਾਰਲੀਮੈਂਟਰੀ ਕਮੇਟੀ ਵਿੱਚ ਹੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਅਸੈਂਬਲੀ ਦੇ ਅੰਦਰ ਉਹਨਾਂ ਉੱਤੇ ਕਦੀ ਬਹਿਸ ਨਹੀਂ ਹੋਈ ਔਰ ਇਹ ਔਰ ਜਿਹੜੀ ਤੁਸੀਂ ਗੱਲ ਕੀਤੀ ਸੀ ਕੰਪੈਰੀਜ਼ਨ ਦੀ ਅੱਜ ਦੀ ਲੀਡਰਸ਼ਿਪ ਤੇ ਉਸ ਤਰ੍ਹਾਂ ਜਿਹੜੀ 47 ਤੋਂ ਪਹਿਲੇ ਦੀ ਲੀਡਰਸ਼ਿਪ ਹੈ ਫਰਕ ਕੀ ਹੈ ਮੈਂ ਸਮਝਦਾ ਕਿ ਫਰਕ ਜ਼ਿਆਦਾ ਨਹੀਂ ਅੱਜ ਦੀ ਲੀਡਰਸ਼ਿਪ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਤੇ 47 ਦੀ ਲੀਡਰਸ਼ਿਪ ਦੇ ਬਾਰੇ ਵਿੱਚ ਤੁਹਾਨੂੰ ਮੈਂ ਇਹ ਦੱਸਣਾ ਕਿ ਜਦੋਂ ਤਹਿਰੀਕ-ਏ-ਪਾਕਿਸਤਾਨ ਵਾਸਤੇ ਕੋਸ਼ਿਸ਼ ਹੋ ਰਹੀ ਸੀ ਉਦੋਂ ਚਾਰ ਕੌਮਾਂ ਸਨ ਜਿਹੜੀਆਂ ਮੇਨ ਸਨ ਇਸ ਸਬ-ਕੌਂਟੀਨੈਂਟ ਵਿੱਚ ਅਗਰਚੇ ਕੌਮਾਂ ਤਾਂ ਬਹੁਤ ਜ਼ਿਆਦਾ ਸਨ ਲੇਕਿਨ ਚਾਰ ਮੇਨ ਸਨ ਉਹਨਾਂ ਚ ਹਿੰਦੂ ਸਨ ਮੁਸਲਮਾਨ ਸਨ ਸਿੱਖ ਸਨ ਔਰ ਉਹਨਾਂ ਦੇ ਨਾਲ-ਨਾਲ ਮਸੀਹੀ ਸਨ ਹੁਣ ਦੇਖੋ ਜਿਹੜਾ ਬ੍ਰਿਟਾਨੀਆ ਸੀ ਉਸ ਖੇਤਰ ਨੂੰ ਛੱਡ ਕੇ ਜਾ ਰਿਹਾ ਸੀ ਡੂ ਟੂ ਸੈਕੰਡ ਵਰਲਡ ਵਾਰ ਉਹਦੀ ਇਕਨੋਮੀ ਜਿਹੜੀ ਸੀ ਉਹ ਜਿਹੜੀ ਡੁਬਰੀ ਸੀ ਉਹਨੇ ਡਿਸਾਈਡ ਕੀਤਾ ਉਹਨੇ ਸਿਰਫ ਇਹ ਇਹ ਨੌਬਾਦੀयत ਨਹੀਂ ਛੱਡੀ ਉਹਨੇ ਆਪਣੀਆਂ ਹੋਰ ਵੀ ਨੌਬਾਦੀयत ਉਸ ਦੌਰ ਵਿੱਚ ਛੋੜ ਦਿੱਤੀਆਂ ਹੁਣ ਉਹ ਜਿਹੜੀ ਆਜ਼ਾਦੀ ਤਹਿਰੀਕ-ਏ-ਆਜ਼ਾਦੀ ਦੀ وجہ ਤੋਂ ਆਜ਼ਾਦੀ ਮਿਲ ਰਹੀ ਸੀ ਉਹਦੇ ਵਿੱਚ ਹਿੰਦੂਸ ਜਿਹੜੇ ਨੇ ਉਹਨਾਂ ਨੂੰ ਤੇ ਹਿੰਦੁਸਤਾਨ ਮਿਲਿਆ ਜਿਹੜੇ ਮੁਸਲਮਸ ਨੇ ਦੇ ਕਲੀਮ ਕਿ ਪਾਕਿਸਤਾਨ ਮੁਸਲਮਾਂ ਵਾਸਤੇ ਬਣਾਇਆ ਗਿਆ ਜਿਹੜੇ ਸਿੱਖ ਨੇ ਉਹ ਪੰਜਾਬ ਡਿਵਾਈਡ ਹੋਇਆ ਔਰ ਜਿਹੜਾ ਅੱਧਾ ਪੰਜਾਬ ਹੈ ਉਹ ਸਿੱਖਾਂ ਨੂੰ ਮਿਲ ਗਿਆ ਹੁਣ ਜਿਹੜੇ ਕ੍ਰਿਸਚੀਅਨਸ ਨੇ ਆਇਆ ਤਾਰੀਖ ਦੀਆਂ ਕਿਤਾਬਾਂ ਇਹ ਦੱਸਦੀਆਂ ਨੇ ਕਿ ਕ੍ਰਿਸਚੀਅਨ ਲੀਡਰਸ਼ਿਪ ਨੇ ਕੁਝ ਮਸੀਹਾਂ ਵਾਸਤੇ ਵੀ ਡਿਮਾਂਡ ਕੀਤਾ ਸੀ ਮੈਂ ਇੱਕ ਤਾਰੀਖਤਾ ਤਾਲਬੀ ਲਮਾਂ ਲੇਕਿਨ ਮੈਨੂੰ ਨਹੀਂ ਪਤਾ ਮੈਂ ਨਹੀਂ ਕਿਸੇ ਜਗ੍ਹਾ ਪੜਿਆ ਕਿ ਸਾਡੀ ਕ੍ਰਿਸਚੀਅਨ ਲੀਡਰਸ਼ਿਪ ਨੇ ਉਦੋਂ ਮਸੀਹਾਂ ਵਾਸਤੇ ਵੀ ਕੁਝ ਡਿਮਾਂਡ ਕੀਤਾ ਸੀ ਮੈਂ ਇਹ ਕਹਿੰਨਾ ਕਿ ਅਗਰ ਚੇ ਕੋਈ ਸੈਪਰੇਟ ਹੋਮਲੈਂਡ ਜਿਹੜਾ ਸੀ ਮਸੀਹਾਂ ਵਾਸਤੇ ਉਹ ਇੱਕ ਵੱਡਾ ਡਿਸੀਜਨ ਸੀ ਜਾਂ ਉਹ ਉਹ ਲੈਣਾ ਮੁਸ਼ਕਲ ਸੀ ਲੇਕਿਨ ਬਾਉਂਡਰੀ ਕਮਿਸ਼ਨ ਦੇ ਸਾਹਮਣੇ ਔਰ ਬ੍ਰਿਟਾਨਵੀ ਹਕੂਮਤ ਦੇ ਸਾਹਮਣੇ ਇੱਕ ਡਿਮਾਂਡ ਤੇ ਰੱਖੀ ਜਾ ਸਕਦੀ ਸੀ ਕਿ ਅਗਰ ਅਸੀਂ ਪਾਕਿਸਤਾਨ ਨੂੰ ਅਪਟ ਕਰ ਰਹੇ ਆ ਪਾਕਿਸਤਾਨ ਵਿੱਚ ਅਸੀਂ ਰਹਿ ਰਹੇ ਆ ਲੇਕਿਨ ਚੰਦ ਜ਼ਿਲ੍ਹਾ ਜਿਹੜੇ ਨੇ ਔਰ ਚੰਦੇ ਜ਼ਿਲ੍ਹਾ ਦੀ ਜਿਹੜੀ ਜ਼ਮੀਨ ਹੈ ਉਹ ਮਸੀਹੀਆਂ ਨੂੰ ਦੇ ਦਿੱਤੀ ਜਾਏ ਤਾਂ ਕਿ ਜਿਹੜੇ ਮਸੀਹੀ ਨੇ ਉਹ ਉਹ ਵੀ ਆਪਣੀ ਜਿਹੜੀ ਗੁਜ਼ਰੂਕਾਤ ਇੱਕ ਆਨਰੇਬਲ ਡਿਗਨੀਫਾਈਡ ਤਰੀਕੇ ਨਾਲ ਕਰ ਸਕਣ ਲੇਕਿਨ ਇਹ ਡਿਮਾਂਡ ਕਦੀ ਸਾਹਮਣੇ ਨਹੀਂ ਆਈ ਅਗਰ ਇਹ ਉਸ ਵਕਤ ਮਸੀਹੀ ਜਿਹੜੇ ਨੇ ਉਹ ਉਹ ਮਸੀਹੀ ਲੀਡਰਸ਼ਿਪ ਜਿਹੜੀ ਹੈ ਉਹ ਅਗਰੇ ਡਿਮਾਂਡ ਰੱਖਦੀ ਔਰ ਚੰਦੇ ਜ਼ਿਲਾ ਔਰ ਚੰਦੇ ਜ਼ਿਲਾ ਦੀ ਜ਼ਮੀਨਾਂ ਮਸੀਹੀਆਂ ਨੂੰ ਦੇ ਦਿੱਤੀਆਂ ਜਾਂਦੀਆਂ ਤੇ ਅੱਜ ਜਿਹੜਾ ਇੱਕ ਸਟਿਗਮਾ ਕ੍ਰਿਸਚੀਅਨਸ ਦੇ ਉੱਤੇ ਲਾਇਆ ਜਾਂਦਾ ਹੈ ਉਹ ਉਸ ਸਟਿਗਮਾ ਨਾ ਹੁੰਦਾ ਬਲਕਿ ਮਸੀਹ ਸਰਵਿੰਗ ਕਲਾਸ ਦੀ بجائے ਇੱਕ ਐਗਰੀਕਲਚਰ ਨਾਲ ਉਹਨਾਂ ਦਾ تعلق ਹੁੰਦਾ ਔਰ ਇੱਕ ਜ਼ਮੀਂਦਾਰਾਨਾ ਜ਼ਮੀਂਦਾਰ ਇੱਕ ਪੈਦਾਵਾਰੀ ਤਬਕਾ ਨਾਲ ਉਹਨਾਂ ਦਾ تعلق ਹੁੰਦਾ ਤਾਂ ਇਹ ਇਹ ਫਰਕ ਹੈ 47 ਤੋਂ ਪਹਿਲੇ ਔਰ 47 ਤੋਂ ਹੁਣ ਲੀਡਰਸ਼ਿਪ ਵਿੱਚ ਕੋਈ ਖਾਸ ਫਰਕ ਨਹੀਂ ਅੱਛਾ ਇਹ ਤੁਹਾਡੀ ਗੱਲ ਠੀਕ ਹੈ ਅਸੀਂ ਇਸ ਗੱਲ ਨੂੰ ਇਹ ਡਿਬੇਟੇਬਲ ਗੱਲ ਹੈ ਤੁਸੀਂ ਹੁਣ ਇੱਕ ਜ਼ਿਕਰ ਕੀਤਾ ਫੋਰਸ ਕਨਵਰਜਨ ਦਾ ਜਿਹਨੂੰ ਅਸੀਂ ਕਹਿੰਦੇ ਬਦੋਬਦੀ ਦੀ ਜਬਰੀ ਮਸਜਿਦ ਦੀ ਤਬਦੀਲੀ ਹੈ ਅਛੇ ਦਿੱਤੇ ਕਲੀਤਾਨੂਰ ਖਾਸ ਤਰ ਤੇ مسیਹੀ ਕਲੀਤਾਨੂਰ ਬਹੁਤ ਜਿਆਦਾ ਇਹਦੇ ਤਫਜ਼ਾਤ ਨੇ ਉਹਨਾਂ ਦੇ ਬਹੁਤ ਸਾਰੇ ਰੌਲਾ ਰਪਾਏ ਉਹਨਾਂ ਦਾ ਔਰ ਉੱਤੇ ਆਵਾਜ਼ ਚੁੱਕ ਵੀ ਰਹੇ ਨੇ ਜਦ ਕਿ ਸਾਡੇ ਮੁਲਕ ਦੇ ਵਿੱਚ ਜਿਹੜੇ ਸਾਡੇ ਜਿਹੜਾ ਰਾਈਟ ਵਿੰਗ ਹੈ ਮਤਲਬ ਮੁਸਲਮਾਨ ਜਿਹੜਾ ਰਾਈਟ ਵਿੰਗ ਯਾਨੀ ਕਿ ਜਿਹੜੇ ਮਸਬੀ ਜਮਾਤਾਂ ਨੇ ਔਰ ਮਸਬੀ ਜਮਾਤਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਖਾਸ ਤਰ ਤੇ ਜਿਹੜੀ ਇਸ ਵਕਤ ਗਵਰਨਮੈਂਟ ਦੇ ਵਿੱਚ ਲੀਡਰਸ਼ਿਪ ਹੈ ਜਿਵੇਂ ਕਿ ਮੁਸ਼ੀਰ ਜਿਹੜਾ ਨੇ ਇੱਕ ਇੱਥੇ ਇੱਕ ਮੌਲਵੀ ਸਾਹਿਬ ਨੇ ਉਹਨਾਂ ਨੇ ਫਰਮਾਇਆ ਕਿ ਅਗਰ ਕੋਈ ਐਕਚੁਅਲੀ ਇਸ ਤਰ੍ਹਾਂ ਦਾ ਕੇਸ ਲੈ ਫੋਰਸ ਕਨਵਰਜਨ ਦਾ ਜਾਂ ਜਿਹੜਾ ਹੈ ਫੋਰਸਡ ਮੈਰਿਜ ਦਾ ਤੇ ਮੈਂ ਉਹਨੂੰ ਹੱਲ ਕਰਨ ਲਈ ਤਿਆਰ ਆਂ ਔਰ ਤੁਸੀਂ ਜਾਣਦੇ ਹੋ ਮਲਾਨਾ ਤਾਹਰ ਅਸ਼ਰਫੀ ਦੀ ਮੈਂ ਗੱਲ ਕਰ ਰਿਹਾ ਤੁਸੀਂ ਅਸੀਂ ਸਾਰੇ ਜਣੇ ਆ ਮਤਲਬ ਖਾਸ ਕਰਕੇ 크ਿਸਚੀਅਨ ਕਮਿਊਨਿਟੀ ਦੇ ਜਿਹੜੇ ਕਾਨੂੰਨੀ ਲੀਡਰਸ ਨੇ ਜਾਂ ਸਿਆਸੀ ਲੀਡਰਸ ਨੇ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿਹਾ ਹੋਣ ਤੱਕ ਔਰ ਮੌਲਾਨਾ ਸਾਹਿਬ ਨੂੰ ਕੋਈ ਇੱਕ ਵੀ ਕੇਸ ਜਿਹੜਾ ਤੁਹਾਡੇ ਤੁਸੀਂ ਦਿਨ ਚ ਨਾਕਾਮ ਰਹੇ ਹੋ ਜਦੀ ਵਜ੍ਹਾ ਨਾਲ ਉਹਨਾਂ ਨੂੰ ਇਹ ਕਹਿਣਾ ਪਿਆ ਮੇਰੇ ਖਿਆਲ ਨੂੰ ਮੌਲਾਨਾ ਸਾਹਿਬ ਪਤਾ ਨਹੀਂ ਕਿਸ ਦੁਨੀਆ ਚ ਰਹਿੰਦੇ ਨੇ ਇੱਥੇ ਡੇਲੀ ਫੋਰਸਡ ਕਨਵਰਸ਼ਨ ਦੇ ਕੇਸਿਸ ਆਉਂਦੇ ਨੇ ਲੇਕਿਨ ਉਹਨਾਂ ਦੇ ਉੱਤੇ ਲੜਕੀਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਉਹਨਾਂ ਨੂੰ ਕਤਲ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀ ਫੈਮਿਲੀ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਉਹ ਫਿਰ ਜਾ ਕੇ ਉਹ ਆਪਣਾ ਬਿਆਨات ਜਿਹੜੇ ਨੇ ਉਹ ਕੋਰਟਸ ਦੇ ਅੰਦਰ ਆ ਕੇ ਉਹ 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 ਬਿਆਨ ਦੇ ਦਿੰਦੀਆਂ ਨੇ ਕਿ ਅਸੀਂ ਜਿਹੜਾ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ ਉਹ ਮੌਲਾਨਾ ਸਾਹਿਬ ਇਸ ਗੱਲ ਨੂੰ ਰੈਫਰ ਕਰਦੇ ਨੇ ਕਿ ਉਹ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਦੀਏ ਨੇ ਹਾਲਾਂਕਿ ਇਸਲਾਮ ਕਬੂਲ ਜਿਹੜਾ ਉਹ ਮਰਜ਼ੀ ਨਾਲ ਉਹ ਨਹੀਂ ਕਰਦੀਆਂ ਬਲਕਿ ਪ੍ਰੈਸ਼ਰ ਦੇ ਨਾਲ ਇੱਕ ਕਰਸ਼ਨ ਦੇ ਨਾਲ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ ਲੇਕਿਨ ਇਹੀ ਤੇ ਸੀ ਗੱਲ ਕਹਿੰਨਾ ਕਿ ਇਥੇ ਲੈਜਿਸਲੇਸ਼ਨ ਦੀ ਜ਼ਰੂਰਤ ਹੈ ਅਗਰ ਕਿਸੇ ਨੇ ਸਲਾਮ ਕਬੂਲ ਕਰਨਾ ਹੈ ਦੇਰ ਸ਼ੁੱਡ ਬੀ ਪੀਰੀਅਡ ਕੁਝ ਪੀਰੀਅਡ ਮੁਕਰਰ ਕੀਤਾ ਜਾਣਾ ਚਾਹੀਦਾ ਹੈ 2 4 6 ਮਹੀਨੇ ਤਾਂ ਕਿ ਅਬਜ਼ਰਵ ਕੀਤਾ ਜਾਏ ਕਿ ਆਇਆ ਉਹ ਸਲਾਮ ਕਬੂਲ ਮਰਜ਼ੀ ਨਾਲ ਕਰ ਰਹੀ ਏ ਜਾਂ ਉਹ ਸਲਾਮ ਕਬੂਲ ਪ੍ਰੈਸ਼ਰ ਦੇ ਨਾਲ ਕੀਤਾ ਜਾ ਰਿਹਾ ਹੈ ਇਥੇ ਜਿਹੜਾ ਉਹ ਕੋਈ ਵੀ ਕਿਸੇ ਨੂੰ ਕਿਡਨਾਪ ਕਰਦਾ ਹੈ ਅਗਵਾ ਕਰਦਾ ਹੈ ਅਬਡੈਕਸ਼ਨ ਹੁੰਦੀ ਹੈ ਅਬਡੈਕਸ਼ਨ ਕਰਕੇ ਤੇ ਜਾ ਕੇ اسلامਕਪੂਲ ਕਰਵਾਉਂਦੇ ਨੇ ਸੇਮ ਡੇ ਸੇਮ ਡੇ ਨਕਾਹ ਹੋ ਜਾਂਦਾ ਆਇਆ ਉਹ ਸਲਾਮ ਸਲਾਮ ਵਾਸਤੇ ਕਬੂਲ ਕੀਤਾ ਜਾਂਦਾ ਜਾਂ ਫੋਸਟ ਮੈਰਿਜ ਵਾਸਤੇ ਕਬੂਲ ਕੀਤਾ ਜਾਂਦਾ ਇਸ ਵਾਸਤੇ ਇਹ ਡਿਟਰਮਨ ਕਰਨ ਦੀ ਜ਼ਰੂਰਤ ਹੈ ਔਰ ਇੱਥੇ ਲੈਜਿਸਲੇਸ਼ਨ ਦੀ ਜ਼ਰੂਰਤ ਹੈ ਬਕਾਇਦਾ ਕਾਨੂੰਨ ਸਾਜ਼ੀ ਹੋਣੀ ਚਾਹੀਦੀ ਏ ਔਰ ਮੌਲਾਨਾ ਸਾਹਿਬ ਨੂੰ ਅਗਰ ਐਸੇ ਕੇਸ ਚਾਹੀਦੇ ਨੇ ਕਿ ਜਿਹੜੇ ਉਹ ਸਮਝਦੇ ਨੇ ਕਿ ਕੋਈ ਇੱਕ ਵੀ ਕੇਸ ਫੋਸਟ ਕੁਨਸਲਡ ਨਾਲ ਸਾਡੇ ਕੋਲ ਆਏ ਹੋਣ ਤੇ ਮੌਲਾਨਾ ਸਾਹਿਬ ਸਾਡੇ ਕੋਲ ਆ ਜਾਣ ਅਸੀਂ ਉਹਨਾਂ ਨੂੰ ਕੇਸ ਵਹਾ ਦਿੰਨੇ ਆ ਬਹੁਤ ਓਚੀ ਗੱਲ ਏ ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਜਿਹੜੀ ਕਾਇਦੇ ਅਜ਼ਮ ਦੀ ਤਕਰੀਰ ਤੇ ਕਿਉਂਕਿ ਤੁਸੀਂ ਆਪਣੀ ਕਿਤਾਬ 'ਚ ਵੀ ਉਹਦਾ ਜ਼ਿਕਰ ਕੀਤਾ ਹੈ ਔਰ ਉਹਦੇ ਹਵਾਲੇ ਨਾਲ ਜਿਹੜੇ ਇੱਕ ਮਸੀਹੀ ਜਿਹੜਾ ਉਹ ਇੱਕ ਰਿਐਕਸ਼ਨ ਹੈ ਤੁਸੀਂ ਉਹਨੂੰ ਵੀ ਡਿਸਕਸ ਕੀਤਾ ਹੋਇਆ ਹੈ ਮੈਨੂੰ ਤੁਸੀਂ ਦੱਸਣਾ ਪਸੰਦ ਕਰੋਗੇ ਕਿ ਤੁਹਾਡੇ ਖਿਆਲ ਦੇ ਮੁਤਾਬਕ 11 ਅਗਸਤ ਦੀ ਤਕਰੀਰ ਜਿਹੜੀ ਕਾਇਦੇ ਅਜ਼ਮ ਮੁਹੰਮਦ ਅਲੀ ਜਨਾਨ ਦੀ ਜਿਹੜੀ ਬਾਨੀ ਪਾਕਿਸਤਾਨ ਨੇ ਕੀ ਅਹਿਮੀਅਤ ਹੈ ਦੇਖੋ ਨਸਰ ਸਾਹਿਬ 11 ਅਗਸਤ 1947 ਦੀ ਤਕਰੀਰ ਦੀ ਅਹਿਮੀਅਤ ਇਸ ਵਾਸਤੇ ਜ਼ਿਆਦਾ ਹੈ ਕਿਉਂਕਿ ਉਹ ਕਾਨੂੰਨ ਸਸ ਅਸੈਂਬਲੀ ਦੇ ਸਾਹਮਣੇ ਕੀਤੀ ਗਈ ਸੀ ਔਰ ਕਾਨੂੰਨ ਸਸ ਅਸੈਂਬਲੀ ਉਹ ਅਸੈਂਬਲੀ ਜਿਹਨੇ ਦਸਤੂਰ ਬਣਾਉਣਾ ਸੀ ਇਸ ਵਾਸਤੇ ਕਾਇਦ ਆਜ਼ਮ ਨੇ 11 ਅਗਸਤ ਦੀ ਸਪੀਚ ਇੱਕ ਜਿਹੜਾ ਸੀ ਇੱਕ ਖਾਕਾ ਦੇ ਦਿੱਤਾ ਸੀ ਕਿ ਮੁਲਕ ਦਾ ਜਿਹੜਾ ਆئین ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਯਾਨੀ ਮੁਲਕ ਦਾ ਆئین ਜਿਹੜਾ ਉਹ ਬਾਇਸਡ ਨਹੀਂ ਹੋਏਗਾ ਡਿਸਕ੍ਰਿਮੀਨੇਟਰੀ ਨਹੀਂ ਹੋਏਗਾ ਇਹ ਸਾਰੇ ਜਿਹੜੇ ਸ਼ਹਿਰੀ ਨੇ ਉਹ ਬਰਾਬਰ ਦੇ ਸ਼ਹਿਰੀ ਹੋਣਗੇ ਕਿਸੇ ਨੂੰ ਮਜ਼ਹਬ ਦੀ ਬੁਨਿਆਦ ਤੇ ਇੱਕ ਦੂਸਰੇ ਨੂੰ ਇੱਕ ਦੂਸਰੇ ਤੇ ਸੌਕੀਅਤ ਹਾਸਲ ਨਹੀਂ ਹੋਏਗੀ ਮੁਲਕ ਜਮਹੂਰੀ ਹੋਏਗਾ ਡੈਮੋਕਰੇਟਿਕ ਹੋਏਗਾ ਮਾਡਰਨ ਹੋਏਗਾ 11 ਅਗਸਤ ਦੀ ਸਪੀਚ ਏਵੇ ਲੇਕਿਨ 11 ਅਗਸਤ ਦੀ ਸਪੀਚ ਤੋਂ ਬਾਅਦ ਉਹ ਲੋਕ ਜਿਨ੍ਹਾਂ ਨੇ ਤਹਿਰੀਕੇ ਪਾਕਿਸਤਾਨ ਵਿੱਚ ਰੂਲ ਪਲੇ ਨਹੀਂ ਸੀ ਕੀਤਾ ਮੈਂ ਬਲਕਿ ਤੁਹਾਨੂੰ ਇੱਕ ਇੱਥੇ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਤਹਿਰੀਕੇ ਆਜ਼ਾਦੀ ਵਿੱਚ ਜਿਹੜੇ ਮਸੀਹੀ ਰਹਿਨਮਾ ਸਨ ਮੈਂ ਪਹਿਲੇ ਵੀ ਦੱਸ ਚੁੱਕਿਆ ਉਹਨਾਂ ਦਾ ਆਪਣੀ ਕੌਮ ਵਾਸਤੇ ਏਜੰਡਾ ਨਹੀਂ ਸੀ لیکن ਉਹਨਾਂ ਦੀ ਸਾਰੀ ਸਟ੍ਰਗਲ ਜਿਹੜੀ ਸੀ ਪਾਕਿਸਤਾਨ ਵਾਸਤੇ ਸੀ ਉਹਨਾਂ ਮਸੀਹੀਆਂ ਵਾਸਤੇ ਸਪੈਸੀਫਿਕਲੀ ਕੁਝ ਡਿਮਾਂਡ ਨਹੀਂ ਕੀਤਾ ਲੇਕਿਨ ਉਹਨਾਂ ਨੇ ਪਾਕਿਸਤਾਨ ਵਾਸਤੇ ਬਹੁਤ ਕੁਝ ਡਿਮਾਂਡ ਕੀਤਾ ਅਗਰ ਤੁਸੀਂ ਬਾਉਂਡਰੀ ਕਮਿਸ਼ਨ ਦੀ ਰਿਪੋਰਟ ਪੜੋ ਤੇ ਸਿੰਘਾ ਸਾਹਿਬ ਨੇ ਉਹਦੇ ਸਾਹਮਣੇ ਬਾਉਂਡਰੀ ਕਮਿਸ਼ਨ ਦੇ ਸਾਹਮਣੇ ਇੱਕ ਬਿਆਨ ਰਿਕਾਰਡ ਕਰਵਾਇਆ ਸੀ ਜਿਹਨੂੰ ਤੁਸੀਂ ਕਹਿ ਲੋਗੇ ਇੱਕ ਸਟੇਟਮੈਂਟ ਦਿੱਤੀ ਸੀ ਉਹ ਰਿਟਨ ਵੀ ਸੀ ਔਰ ਉਹਨਾਂ ਨੇ ਵਰਬਲ ਆਰਗੂਮੈਂਟਸ ਵੀ ਕੀਤੇ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੀ ਆਬਾਦੀ ਦਿੱਤਾ داد ਨੂੰ ਮੁਸਲਮਸ ਦੇ ਨਾਲ شمار ਕੀਤਾ ਜਾਏ ਔਰ ਸਾਡੀ ਆਬਾਦੀ ਦੇ ਵਜਨ ਨੂੰ ਮੁਸਲਮਸ ਦੇ ਨਾਲ شمار ਕਰਕੇ ਜਿੰਨਾ ਮੈਕਸਿਮਮ ਇਲਾਕਾ ਉਹ ਪਾਕਿਸਤਾਨ ਦਾ ਹਿੱਸਾ ਬਣਾਇਆ ਜਾ ਸਾਨੂੰ ਵੀ شمار ਕਰਕੇ ਕਿਉਂਕਿ ਬਾਉਂਡਰੀ ਕਮਿਸ਼ਨ ਦਾ ਜਿਹੜਾ ਇੱਕ ਅਖਤਿਆਰ ਸੀ ਉਹ ਇਹ ਸੀ ਕਿ ਉਹਨੇ ਡਿਟਰਮਨ ਕਰਨਾ ਸੀ ਕਿ ਕਿਹੜਾ ਇਲਾਕਾ ਕਿਹੜੇ ਮੁਲਕ ਨੂੰ ਦਿੱਤਾ ਜਾਏ ਔਰ ਜਿਹੜੇ ਮਸੀਹੀ ਨੇ ਉਹਨਾਂ ਨੇ ਇਸ ਹੱਦ ਤੱਕ ਡਿਮਾਂਡ ਕੀਤਾ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਸ਼ਮਾਰ ਮੁਸਲਮਾਂਸ ਦੇ ਨਾਲ ਕਰੋ ਔਰ ਮੈਕਸਿਮਮ ਇਲਾਕਾ ਜਿੰਨਾ ਪਾਕਿਸਤਾਨ ਵਿੱਚ ਆ ਸਕਦਾ ਪਾਕਿਸਤਾਨ ਦਾ ਹਿੱਸਾ ਬਣਾਇਆ ਜਾਏ ਉਸ ਤੋਂ ਪਹਿਲੇ ਤੁਹਾਨੂੰ ਬੜੇ ਪਤਾ ਹੈ ਕਿ ਜਦੋਂ ਮਸਤ ਤਾਰਾ ਸਿੰਘ ਨੇ ਅਸੈਂਬਲੀ ਦੇ ਸਾਹਮਣੇ ਇਹ ਨਾਰਾ ਲਾਇਆ ਕਿ ਜੋ ਮੰਗੇਗਾ ਪਾਕਿਸਤਾਨ ਉਸ ਨੂੰ ਮਿਲੇਗਾ ਕਬਰਸਤਾਨ ਤੇ ਉੱਥੇ ਹੋਰ ਵੀ ਬੜੇ ਸਾਰੇ ਮੈਂਬਰ ਸਨ ਲੇਕਿਨ ਦੀਵਾਨ ਦੀਵਾਨ ਬਹਾਦਰ ਅਫਸੀ ਸਿੰਘਾ ਸਾਹਿਬ ਨੇ ਕਿਹਾ ਕਿ ਸੀਨੇ 'ਤੇ ਗੋਲੀ ਖਾएंगे ਪਾਕਿਸਤਾਨ ਬਣਾएंगे ਐ ਕਮਿਟਮੈਂਟ ਦਾ ਲੈਵਲ ਸੀ ਪਾਕਿਸਤਾਨ ਦੇ ਨਾਲ ਇੱਕ ਪਾਸੇ ਮਸੀਹੀ ਜਿਹੜੇ ਨੇ ਉਹ ਸਾਥ ਦੇ ਰਹੇ ਨੇ ਇਸਲਾਮੀ ਜਮਾਤਾਂ ਪੋਸਟ ਕਰ ਰਹੀਆਂ ਨੇ ਲੇਕਿਨ ਜਦੋਂ ਪਾਕਿਸਤਾਨ ਬਣ ਜਾਂਦਾ ਹੈ ਉਦੋਂ ਕੀ ਹੁੰਦਾ ਹੈ ਉਦੋਂ ਫਿਰ ਜਿਹੜੇ ਮੌਲਵੀ ਹਜ਼ਰਤ ਨੇ ਉਹ ਉਠਾਂਦੇ ਨੇ ਉਹ ਕਹਿੰਦੇ ਨੇ ਜੀ ਅਸੀਂ ਮਾਡਰਨ ਸਟੇਟ ਨਹੀਂ ਮੰਨਦੇ ਸਾਨੂੰ ਇੱਕ ਇਹ ਇਹ ਬਣੇ ਇਸਲਾਮ ਦੇ ਨਾਮ ਤੇ ਵੀ ਇਸ ਵਾਸਤੇ ਮਸਬੀ ਰਾਜਸਤ ਹੋਏਗੀ 1929 ਚ ਹਰੀਦਾਸ ਨੇ ਬਿਲ ਪੇਸ਼ ਕੀਤਾ ਚਾਈਲਡ ਮੈਰਿਜ ਰੈਸਟ੍ਰੈਂਟ ਬਿੱਲ ਪੇਸ਼ ਕੀਤਾ ਅਸੈਂਬਲੀ 'ਚ ਔਰ ਉੱਥੇ ਫਿਰ ਜਿਹੜੇ ਮੌਲਨਾ ਹਜ਼ਰਤ ਸਨ ਉਹਨਾਂ ਨੇ ਮਹਾਲਫਤ ਕੀਤੀ ਔਰ 74 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਦਿੱਤਾ ਕਿ ਇਹ ਬਿੱਲ ਜਿਹੜਾ ਇਹ ਇਸਲਾਮ ਦੇ ਉੱਤੇ ਹਮਲਾ ਹੈ ਲੇਕਿਨ ਕਾਇਦ ਆਜ਼ਮ ਨੇ ਉਹ ਜਿਹੜੇ ਜਿਹੜੇ ਮੌਲਵੀ ਹਜ਼ਰਤ ਸਨ ਉਹਨਾਂ ਦੀ ਸਿੱਦਤ ਪਸੰਦੀ ਔਰ ਇੰਤਿਹਾਬਸੰਦੀ ਨੂੰ ਕੰਡਮ ਕੀਤਾ ਅਸੈਂਬਲੀ ਦੇ ਅੰਦਰ ਤਕਰੀਰ ਕੀਤੀ ਔਰ ਉਹਨੇ ਕਿਹਾ ਕਿ ਇਹ ਇਹੋ ਜਿਹੇ ਜ਼ਾਲਮਾਨਾ ਰਸਮਾਂ ਜਿਹੜੀਆਂ ਨੇ ਉਹਨਾਂ ਨੂੰ ਅਸਮਾਨੀ ਇਲਹਾਮੀ ਤੇ ਕਿਸੇ ਵੀ ਮਸਲਬ ਦੀ ਤੈਅਦ ਹਾਸਲ ਨਹੀਂ ਹੋ ਸਕਦੀ ਇਸ ਵਾਸਤੇ ਉਹਨਾਂ ਨੇ ਜਿਹੜਾ ਚਾਈਲਡ ਮੈਰਿਜ ਰੈਸਟ੍ਰੇਂਡ ਐਕਟ ਜਿਹਦੀ ਮੌਲਵੀ ਸਾਰੇ ਮਹਾਲਵਤ ਕਰ ਰਹੇ ਸਨ ਕਾਇਦ ਆਜ਼ਮ ਨੇ ਉਹਨੂੰ ਸਪੋਰਟ ਕਰਕੇ ਇਹ ਦੱਸਿਆ ਕਿ ਕਾਇਦ ਆਜ਼ਮ ਇੱਕ ਮذਬੀ ਰਿਆਸਤ ਬਣਾਉਣ ਨਹੀਂ ਜਾ ਰਹਾ ਬਲਕਿ ਉਹ ਇੱਕ ਮਾਡਰਨ ਜਦੀਦ ਔਰ ਸੈਕੂਲਰ ਰਿਆਸਤ ਬਣਾਉਣਾ ਚਾਹ ਰਿਹਾ ਸੀ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਐਸਪੀ ਸਿੰਘਾ ਸਾਹਿਬ ਨੇ ਮਤਲਬ ਇੱਕ ਨਾਰਾ ਲਾਇਆ ਜਦੋਂ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਜੋ ਮੰਗੇਗਾ ਪਾਕਿਸਤਾਨ ਉਸਕੋ ਮਿਲੇਗਾ ਕਬਰਸਤਾਨ ਤੇ ਐਸਪੀ ਸਿੰਘਾ ਸਾਹਿਬ ਨੇ ਆਖਿਆ ਬਈ ਸੀਨੇ ਤੇ ਗੋਲੀ ਖਾएंगे ਤੇ ਪਾਕਿਸਤਾਨ ਬਣਾएंगे ਤੁਹਾਨੂੰ ਮੈਨੂੰ ਲੱਗਦਾ ਤੁਹਾਡੀ ਇਸ ਗੱਲ ਤੋਂ ਬਾਅਦ ਕਿ ਸ਼ਾਇਦ ਐਸਪੀ ਸਿੰਘਾ ਸਾਹਿਬ ਨੂੰ ਸ਼ਾਇਦ ਕੋਈ ਉਸ ਵਕਤ ਇਲਹਾਮ ਹੋਇਆ ਹੋਵੇ ਲੇਕਿਨ ਔਰ ਇਹ ਜਿਨ੍ਹਾਂ ਦੇ ਵਾਸਤੇ ਤੁਸੀਂ ਪਾਕਿਸਤਾਨ ਬਣਾਉਂਦੇ ਹੋ ਇਹ ਤੁਹਾਨੂੰ ਗੋਲੀਆਂ ਮਾਰਨਗੇ ਜਿਸ ਤਰ੍ਹਾਂ ਅਸੀਂ ਵੇਖ ਰਹੇ ਹਾਂ ਕਿ ਜਗ੍ਹਾ ਜਗ੍ਹਾ ਸਾਡੇ ਮੁੰਡਿਆਂ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਔਰ ਸਾਡੇ ਜਿਹੜੇ ਯਾਨੀ ਬਹੁਤ ਸਾਰੇ ਮਸਬੀ ਇਬਾਦਤਗਾਹਾਂ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਹਮਲੇ ਹੋ ਰਹੇ ਨੇ ਜਿਸ ਤਰ੍ਹਾਂ ਹੁਣ ਤੁਸੀਂ ਵੇਖਿਆ ਤਾਜ਼ਾ ਹਮਲਾ ਰਹੀਮਯਾਰ ਖਾਨ ਦੇ ਵਿੱਚ ਮੰਦਰ ਦਾ ਹੋਇਆ ਕਰਕਚ ਮੰਦਰ ਦਾ ਹੋਇਆ ਚਰਚਸ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਮੌਜੂਦਾ ਸੂਰਤਿ ਹਾਲ ਜਿਹੜੀ ਹੈ 1980 ਤੋਂ ਬਾਅਦ ਦਾ ਜਿਹੜਾ ਪਾਕਿਸਤਾਨ ਹੈ ਤੋ ਅੰਤ ਤੋਂ ਬਾਅਦ ਦਾ ਜਿਹੜਾ ਪਾਕਿਸਤਾਨ ਹੈ ਉਹਦੇ ਚ ਔਰ ਜਿਹੜਾ ਮੌਜੂਦਾ ਹਕੂਮਤ ਦਾ ਪਾਕਿਸਤਾਨ ਹੈ ਪਿਛਲੇ 3 ਸਾਲ ਦੀ ਮੌਜੂਦਾ ਹਕੂਮਤ ਦਾ ਪਾਕਿਸਤਾਨ ਹੈ ਤੁਹਾਨੂੰ ਇਹਦੇ ਚ ਕੀ ਫਰਕ ਲੱਗਦਾ ਦੇਖੋ ਜਿਹੜੀ ਗੱਲ ਦੇ ਇਨਤਿਹਾਬ ਪਸੰਦੀ ਦੀ ਸ਼ਿੱਦਤ ਪਸੰਦੀ ਦੀ ਜਿਹੜੀ 1980 ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਮੌਜੂਦਾ ਦੇਖੋ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ ਮਤਲਬ ਇਸ ਤਰ੍ਹਾਂ ਕਿ ਜਿਹੜੀ ਇਨਤਿਹਾਬ ਪਸੰਦੀ ਔਰ ਸ਼ਿੱਦਤ ਪਸੰਦੀ ਪਹਿਲੇ ਸੀ ਔਰ ਜਿਹੜੀ ਕ੍ਰਿਸਚੀਅਨਸ ਦੀ ਪਰਸੀਕਿਊਸ਼ਨ ਪਹਿਲੇ ਹੋ ਰਹੀ ਸੀ ਉਹ ਅੱਜ ਵੀ ਹੋ ਰਹੀ ਹੈ ਪਹਿਲੀ ਬਲੇਸਫੇਮੀ ਕੇਸਿਸ ਮਸੀਹਿਆਂ ਦੇ ਖਿਲਾਫ ਹੋ ਰਿਆ ਸਾਨੂੰ ਅੱਜ ਵੀ ਹੋ ਰਹੇ ਨੇ ਪਹਿਲੇ ਫੋਸਟ ਕਨਵਰਸ਼ਨ ਮੌਜੂਦ ਸੀ ਉਹ ਅੱਜ ਵੀ ਮੌਜੂਦ ਹੈ ਔਰ ਮੈਂ ਤੁਹਾਨੂੰ ਇੱਥੋਂ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ ਜਦੋਂ ਜਿਹੜੇ ਮੌਲਾਨਾ ਹਜ਼ਰਤ ਸਾਹ ਨੇ ਇਹਨਾਂ ਨੇ ਪ੍ਰੈਸ਼ਰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਮੁਲਕ ਨੂੰ ਇੱਕ ਮਸਬੀ ਰਾਸਤ ਬਣਾਉਣ ਵੱਲ ਲੈ ਕੇ ਜਾਣਾ ਚਾਹ ਰਹੇ ਸਨ ਤੇ ਕਾਇਦਿਆਸਮ ਨੇ ਇਹਨਾਂ ਦੀ ਗੱਲ ਨਹੀਂ ਮੰਨੀ 1948 ਤੱਕ ਇਹ ਇਹਨਾਂ ਦੀ ਗੱਲ ਨਹੀਂ ਮੰਨੀ ਗਈ ਲੇਕਿਨ ਉਸ ਤੋਂ ਬਾਅਦ لیاقت ਅਲੀ ਖਾਨ ਸਾਹਿਬ ਆਏ ਉਹਨਾਂ ਨੇ ਇੱਕ ਕਮੇਟੀ ਬਣਾਈ ਉਹਨੂੰ ਮੌਲਾਨਾ ਸ਼ਬੀਰ ਅਹਿਮਦ ਅਸਮਾਨੀ ਦੀ ਸਰਪ੍ਰਾਈਹ ਚ ਕਮੇਟੀ ਬਣਾ ਦਿੱਤੀ ਉਸ ਕਮੇਟੀ ਨੇ ਫਿਰ ਇੱਕ ਕਰਾਰਦਾਦ ਜਿਹੜੀ ਤਰਤੀਬ ਦਿੱਤੀ ਯਾਨੀ ਕਰਾਰਦਾਦ ਦੇ ਮਕਾਸਦ 12 ਮਾਰਚ 1949 ਨੂੰ ਕਰਾਰਦਾਦ ਮਨਜ਼ੂਰ ਹੋਈ ਜ਼ਿਆਦਾ ਦੌਰ ਆਇਆ ਜ਼ਿਆਦੇ ਦੌਰ ਚ ਉਹੀ ਜਿਹੜੀ ਕਰਾਰਦਾਦ ਦੇ ਮਕਾਸਦ ਸੀ ਉਹਨੂੰ ਆئین ਦਾ ਬਕਾਇਦਾ ਹਿੱਸਾ ਬਣਾ ਲਿਆ ਗਿਆ ਕਰਾਰਦਾਦ ਦੇ ਮਕਾਸਦ ਦੇ ਹਵਾਲੇ ਨਾਲ ਮੈਨੂੰ ਗੱਲ ਯਾਦ ਆ ਗਈ ਕੀ ਇਹ ਗੱਲ ਸੱਚ ਹੈ ਕਿ ਪਹਿਲੇ ਪਾਕਿਸਤਾਨ ਦਾ ਨਾਮ ਜਿਹੜਾ ਹੈ ਆਵਾਮੀ ਜਮਹੂਰੀਆ ਪਾਕਿਸਤਾਨ ਸੀ ਔਰ ਕਾਨੂੰਨ ਦੇ ਮਕਾਸਦ ਦੇ ਬਾਅਦ ਪਹਿਲੀ ਦਫਾ ਇਸਲਾਮੀ ਜਮਹੂਰੀਆ ਪਾਕਿਸਤਾਨ ਜੀ 1973 ਤੋਂ ਪਹਿਲੇ ਦੋ ਕਨਸਟੀਟਿਊਸ਼ਨ ਆਏ ਸਨ 1956 ਔਰ 1962 ਦਾ ਇਨਾਂ ਦੋਨਾਂ ਦੇ ਵਿੱਚ ਮੁਲਕ ਦਾ ਨਾਮ ਜਮਹੂਰੀ ਪਾਕਿਸਤਾਨ ਸੀ ਜਮਹੂਰੀਆ ਪਾਕਿਸਤਾਨ ਔਰ ਇਸਲਾਮੀ ਜਮਹੂਰੀਆ ਪਾਕਿਸਤਾਨ 1973 ਦੇ ਕਨਸਟੀਟਿਊਸ਼ਨ ਚ ਬਣਿਆ ਔਰ ਇਹਦੇ ਨਾਲ ਜਦੋਂ ਜ਼ਿਆਦਾ ਜ਼ਮਾਨਾ ਆਇਆ ਤੇ ਫਿਰ ਇਕਸਟਰੀਮੇਸੀ ਭਟੋਆ ਸਾਹਿਬ ਨੂੰ ਅਗਰ ਹੀਰੋ ਸਮਝਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਤੇ ਇਸ ਮਾਮਲੇ ਦੇ ਵਿੱਚ ਜੇ ਅਸੀਂ ਉਹਨਾਂ ਨੂੰ ਬੁਨਿਆਦਪਰਸਤ ਸਮਝ ਸਕਦੇ ਨਹੀਂ ਮੇਰੇ ਖਿਆਲ ਚ ਬੁਨਿਆਦਪਰਸਤ ਕਹਿਣਾ ਗਲਤ ਤੇ ਲੇਕਿਨ ਮੌਲਵੀਆਂ ਦੇ ਪ੍ਰੈਸ਼ਰ ਨੂੰ ਜ਼ਰੂਰ ਭਟੋਆ ਸਾਹਿਬ ਨੇ ਅੱਛੇ ਕੀਤਾ ਕੋਈ ਨਾ ਕੋਈ ਗੱਲ ਹੈ ਨਾ ਸਾਡੇ ਨਾਲ ਤੇ ਹੋ ਗਿਆ ਦਾ ਕੰਮ ਮੌਲਵੀ ਮੌਲਵੀਆਂ ਨੇ ਪ੍ਰੈਸ਼ਰ ਜ਼ਰੂਰ ਡਿਵੈਲਪ ਕੀਤਾ ਔਰ ਭਟੋਆ ਸਾਹਿਬ ਉਸ ਪ੍ਰੈਸ਼ਰ ਦੇ ਵਿੱਚ ਆ ਗਿਆ ਅਦਰਵਾਇਜ਼ ਭਟੋਆ ਸਾਹਿਬ ਇੱਕ ਸੈਕੂਲਰ ਔਰ ਇੱਕ ਸੋਸ਼ਲਿਸਟ ਲੀਡਰ ਸਨ ਜਿਹੜੀ ਕਿ ਉਹਨਾਂ ਦਾ ਮਨਸੂਰ ਵੀ ਰੋਟੀ ਕਪੜ ਅਸਲ ਜਿਹੜੀ ਖਰਾਬੀ ਪੈਦਾ ਹੋਈ ਉਹ ਜ਼ਿਆਦਾ ਔਰਤੋਂ ਪੈਦਾ ਹੋਈ ਜਦੋਂ ਜ਼ਿਆਦਾ ਔਰ ਨੇ ਇੱਕ ਓਨਰਸ਼ਿਪ ਦਿੱਤੀ ਉਹਨਾਂ ਨੂੰ ਚੁੱਕੇ ਆਪਣੀ ਲੈਜਿਟੀਮੇਸੀ ਚਾਹੀਦੀ ਸੀ ਆਪਣੀ ਗਵਰਨਮੈਂਟ ਵਾਸਤੇ ਸਪੋਰਟ ਚਾਹੀਦੀ ਸੀ ਉਹਨੇ ਇਸਲਾਮੀ ਜਮਾਤਾਂ ਨੂੰ ਸਪੋਰਟ ਕਰਨਾ ਸ਼ੁਰੂ ਕੀਤਾ ਫਿਰ ਇਸਲਾਮੀ ਜਮਾਤਾਂ ਨੇ ਰਿਲੀਜੀਅਸ ਜਮਾਤਾਂ ਨੇ ਫਿਰ ਆਪਣੇ ਆਪਣੇ ਅਸਕਰੀਵਿੰਗ ਬਣਾਏ ਉਹ ਜਿਹੜੇ ਜਿਹੜੇ ਅਸਕਰੀਵਿੰਗ ਇਹਨੇ ਮਜ਼ਬੂਤ ਸਨ ਕਿ ਉਹਨਾਂ ਨੇ ਇੱਕ ਮੈਸਿਵ ਲੈਵਲ ਤੇ ਕਤਲੂਕਾਰਤ ਕੀਤੀ ਉਸ ਤੋਂ ਬਾਅਦ ਫਿਰ ਮੁਲਕ ਜਿਹੜਾ ਸਾਡਾ ਇਨਤਿਹਾਬਸੰਦੀ ਔਰ ਦਸ਼ਤਗਰਦੀ ਚੋਂ ਨਿਕਲ ਹੀ ਨਹੀਂ ਸਕਿਆ ਆ ਇਸਤਾ 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 ਤੁਸੀਂ 50 ਔਰ 60ਸ ਦੀ ਦਹਾੜੀਆਂ ਦੇਖੋ ਤੇ ਉਹ ਜ਼ਿਆਦਾ ਲਿਬਰਲ ਔਰ ਸੈਕੂਲਰ ਸਨ ਜਿਦੋਂ ਕਿ ਤੁਸੀਂ ਹੁਣ ਦੇਖੋ ਤੇ ਹੁਣ ਮੁਲ ਮਿਸਮalle ਇਹਦੀ ਰੀਜ਼ਨ ਕੀ ਏ ਇਹਦੀ ਰੀਜ਼ਨ ਜਨਰਲ ਜ਼ਿਆਉਲਾ ਹਕੀ ਹੋਰ ਉਹਦੀ ਪਾਲਿਸਿਸ ਨੇ ਆ ਪ੍ਰੋਗਰਾਮ ਜਿਹੜਾ ਹੈ ਕਿਉਂਕਿ ਸਾਡਾ ਟਾਈਮ ਜਿਹੜਾ ਬੜਾ ਮਹਦੂਦ ਹੈ ਸਾਡੇ ਨਾਲ ਸੀ ਬਹੁਤ ਲੰਬੀ ਚੌੜੀ ਗੱਲਬਾਤ ਕਰਨਾ ਚਾਹੁੰਦੇ ਸਾਂ ਪਰ ਇੱਕ ਆਖਰੀ ਔਰ ਬੜਾ ਜ਼ਰੂਰੀ ਸਵਾਲ ਕੀ ਤੁਸੀਂ ਸਮਝਦੇ ਹੋ ਕਿ ਇਸ ਸਾਰੇ ਸੁਰਤੇ ਹਾਲ ਦੇ ਬਾਅਦ ਵੀ ਪਾਕਿਸਤਾਨ ਚ ਵਸਣ ਵਾਲਿਆ ਕਲੇਤਾ ਜਿਹੜੀਆਂ ਪਾਕਿਸਤਾਨ ਦੇ ਵਿੱਚ ਵਸਣ ਵਾਲੇ ਜਿਹੜੇ ਘੱਟ ਜਿਹੜੇ ਮਸਬੀਕ ਲੇਤਾ ਨੇ ਖਾਸ ਤੌਰ ਤੇ ਉਹਨਾਂ ਵਾਸਤੇ ਹਾਲੇ ਵੀ ਉਮੀਦ ਦੀ ਕਿਰਨ ਮੌਜੂਦ ਹੈ ਜੀ ਮੀਦ ਦੀ ਕਿਰਨ ਬਿਲਕੁਲ ਮੌਜੂਦ ਹੈ ਔਰ 11 ਅਗਸਤ 1947 ਦਾ ਜਿਹੜਾ ਪਾਕਿਸਤਾਨ ਸੀ ਜਿਹੜਾ ਅੱਜ ਵੀ ਅਸੀਂ ਕਾਇਦ ਆਜ਼ਮ ਦਾ ਪਾਕਿਸਤਾਨ ਔਰ ਜਨਾ ਦੇ ਪਾਕਿਸਤਾਨ ਦੀ ਗੱਲ ਕਰਨੇ ਆ ਅੱਜ ਵੀ ਅਗਰ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਆ ਔਰ ਜਿਹੜੀ ਸਾਡੀ ਅਹਲੇ ਇਕਤਦਾਰ ਨੇ ਔਰ ਹਕੂਮਤ ਔਰ ਮੁਖਤਰ ਹਲਕੇ ਨੇ ਅਗਰ ਅੱਜ ਵੀ ਕਾਇਦ ਆਜ਼ਮ ਦਾ ਪਾਕਿਸਤਾਨ ਉਸ ਨੈਰੇਟਿਵ ਨੂੰ ਲੈ ਕੇ ਚੱਲਣ ਔਰ ਪਾਕਿਸਤਾਨ ਇੰਤਹਾਬ ਸੰਧੀ ਵੱਲੋਂ ਮਾਡਰਨਿਜ਼ਮਾਂ ਲਾਏ ਔਰ ਪਾਕਿਸਤਾਨ ਕਾਇਦੇ ਆਸਮਦਾ ਪਾਕਿਸਤਾਨ ਬਣੇ ਜਿੱਤੇ ਇਕਵੈਲਟੀ ਹੋਏ ਸੋਸ਼ਲ ਜਸਟਿਸ ਹੋਏ ਸਮਾਜੀ ਇਨਸਾਫ ਹੋਏ ਸਿਆਸੀ ਇਨਸਾਫ ਹੋਏ ਮਾਸ਼ਰਤੀ ਇਨਸਾਫ ਹੋਏ ਤੇ ਇਹ ਪਾਕਸ ਇਹੀ ਪਾਕਿਸਤਾਨ ਜਿਹੜਾ ਹੈ ਇਹ ਦੁਨੀਆ ਦੀ ਇੱਕ ਪ੍ਰੋਗਰੈਸਿਵ ਨੇਸ਼ਨ ਬਣੇਗਾ ਔਰ ਇੱਥੇ ਜਿਹੜੇ ਇਸ ਪਾਕਿਸਤਾਨ ਜਿਹੜਾ ਅੱਜ دہشت گردੀ ਔਰ ਇਨਤਹਾਪਸੰਦੀ ਦੀ ਵਜ੍ਹਾ ਨਾਲ ਜਾਣਿਆ ਜਾਂਦਾ ਹੈ ਇਹੀ ਪਾਕਿਸਤਾਨ ਜਿਹੜਾ ਇੱਕ ਸਮਾਜੀ ਇਨਸਾਫ ਸਿਆਸੀ ਇਨਸਾਫ ਔਰ ਮਾਸ਼ਰਤੀ ਇਨਸਾਫ ਦੇ ਹਵਾਲੇ ਨਾਲ ਪਛਾਣਿਆ ਜਾਏਗਾ ਆ ਪ੍ਰੋਗਰਾਮ ਦੇ ਆਖਰ ਦੇ ਵਿੱਚ ਤੁਸੀਂ ਪੂਰੀ ਕੌਮ ਵਾਸਤੇ ਔਰ ਖਾਸ ਤੌਰ ਤੇ ਪਾਕਿਸਤਾਨੀ ਮਸੀਹੀਆਂ ਵਾਸਤੇ ਔਰ ਪਾਕਿਸਤਾਨ ਚ ਵਸਣ ਵਾਲੀਆਂ ਦੂਸਰੀਆਂ ਅਕਲੀਤਾਂ ਵਾਸਤੇ ਪੂਰੀ ਦੁਨੀਆ ਚ ਤੁਸੀਂ ਦੇਖੇ ਜਾ ਰਹੇ ਨੈਸ਼ਨਲ نیوز ਦਾ ਪਲੇਟਫਾਰਮ ਤੁਹਾਡੇ ਲਈ ਹਾਜ਼ਰ ਹੈ ਕੋਈ ਮੈਸੇਜ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਸਾਨੂੰ ਅੱਜ ਕਮਿਟਮੈਂਟ ਕਰਨੀ ਚਾਹੀਦੀ ਏ ਕਿ ਅਸੀਂ ਗਾਇਦ ਅਜ਼ਮ ਦੇ ਪਾਕਿਸਤਾਨ ਵਾਸਤੇ ਐਫਰਟ ਕਰੀਏ ਔਰ ਉਹ ਲੋਕ ਜਿਹੜੇ ਐਫਰਟ ਕਰ ਰਹੇ ਨੇ ਉਹ ਖਾਸ ਸੋਸ਼ਲ ਆਰਗੇਨਾਈਜੇਸ਼ਨਸ ਨੇ ਪੋਲੀਟੀਕਲ ਆਰਗੇਨਾਈਜੇਸ਼ਨਸ ਨੇ ਹਿਊਮਨ ਰਾਈਟਸ ਡਿਫੈਂਡਰ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਕਾਇਦ ਆਜ਼ਮ ਦੇ ਪਾਕਿਸਤਾਨ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਏ ਤਾਂ ਕਿ ਫਿਊਚਰ ਵਿੱਚ ਅਸੀਂ ਉਹ ਪਾਕਿਸਤਾਨ ਦੇਖੀਏ ਜਿਹਦਾ ਖਾਬ ਕਾਇਦ ਆਜ਼ਮ ਨੇ ਦੇਖਿਆ ਸੀ ਖਾਤਿਨੋ ਹਜ਼ਰਾ ਤੁਸੀਂ ਰਿਆਜ਼ ਅੰਜਮ ਸਾਹਿਬ ਦੀ ਗੱਲਬਾਤ ਸੁਣੀ ਸਾਡੇ ਤਲਖ ਤਲਖ ਤਜਰਬਿਆਂ ਦੇ ਜਿਹੜੇ ਸਵਾਲ ਸਨ ਉਹਨਾਂ ਨੇ ਉਹਦਾ ਖਤਰਖਾ جواب ਦੇਣ ਦੀ ਕੋਸ਼ਿਸ਼ ਕੀਤੀ ਅਗਰ ਤੁਹਾਨੂੰ ਕੋਈ ਇਹਨਾਂ ਦੀ ਗੱਲ ਜਿਹੜੀ ਹੈ ਉਹ ਮਾੜੀ ਲੱਗੀ ਹੋਵੇ ਔਰ ਅਗਰ ਬਹੁਤ ਪਸੰਦ ਆਈ ਹੋਵੇ ਤੇ ਨੈਸ਼ਨਲ న్యూਸ ਦਾ ਜਿਹੜਾ ਕਮੈਂਟ ਬਾਕਸ ਹੈ ਉਹ ਤੁਹਾਡੇ ਵਾਸਤੇ ਖੁੱਲ੍ਹਾ ਉੱਥੇ ਜ਼ਰੂਰ ਜਿਹੜਾ ਹੈ ਤੁਸੀਂ ਆਪਣੇ ਕਮੈਂਟ ਦੇ ਜ਼ਰੀਏ ਆਪਣੀ ਰਾਏ ਦਾ ਜ਼ਾਹਰ ਕਰੋ ਅਗਰ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਾ ਤੇ ਨੂੰ ਮਜੀਦ ਦੋਸਤਾਂ ਨਾਲ ਸ਼ੇਅਰ ਵੀ ਕਰੋ ਰਿਆਜ਼ ਜਮ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਵੇਲੇ ਚ ਵੇਲਾ ਕੱਢ ਕੇ ਸਾਡੇ ਨਾਲ ਆਪਾਂ ਅੱਜ ਦਾ ਖਾਸ ਤਰ ਤੇ ਇਹ ਪ੍ਰੋਗਰਾਮ ਜਿਹੜਾ ਹੈ ਸਾਡਾ ਗੁਜ਼ਾਰਿਆ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ ਬਸ